ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੈ ਕੇ ਹਾਜ਼ਰ ਹੋਏ ਜੀ ਇੱਕ ਹੋਰ ਨਵੀਂ ਵੀਡੀਓ ਇਹ ਸੋਫਾ ਸੈੱਟ ਬਾਰੇ ਜੀ ਅਤੇ ਇਹਦੇ 'ਚ ਆਪਾਂ ਨਵੇਂ ਤੋਂ ਨਵੇਂ ਡਿਜ਼ਾਇਨ ਦੇਖਾਂਗੇ ਜੀ ਸਾਰੇ ਅਤੇ ਮੋਸਟਲੀ ਸੋਫੇ ਆਪਾਂ ਨੂੰ ਪਤਾ ਹੀ ਹੈ ਵੀ ਤਿੰਨ ਚਾਰ ਤਰ੍ਹਾਂ ਦੀ ਹੁੰਦੇ ਨੇ ਐਲ ਸ਼ੇਪ ਹੋ ਗਿਆ ਯੂ ਸ਼ੇਪ ਹੋ ਗਿਆ ਆਈ ਸ਼ੇਪ ਹੋ ਗਿਆ ਅਤੇ ਬਾਕੀ ਜਿਹੜੇ ਸੋਫੇ ਨੇ ਕਸਟਮ ਵੀ ਹੋ ਜਾਂਦੇ ਨੇ ਵੈਸੇ ਤਾਂ ਸਿਕਸ ਸੀਟਰ ਹੀ ਚੱਲਦਾ ਜ਼ਿਆਦਾਤਰ ਤਾਂ ਸਿਕਸ ਸੀਟਰ ਹੀ ਵੱਜਦਾ ਸਾਰੇ 6 ਬੰਦਿਆਂ ਵਾਲਾ ਜਿਹੜਾ ਹੁੰਦਾ ਸਿਕਸ ਸੀਟਰ ਹੀ ਹੁੰਦਾ ਜੀ ਜੇ ਆਪਾਂ ਕਸਟਮ ਕਰਵਾਉਣਾ ਹੋਵੇ ਤਾਂ ਆਪਾਂ 7 ਸੀਟਰ 8 ਸੀਟਰ ਕਰਵਾ ਸਕਦੇ ਹਾਂ ਮਿਸਤਰੀ ਤੋਂ ਜਗ੍ਹਾ ਦੇ ਅਕੋਰਡਿੰਗ ਹੁੰਦਾ ਅਤੇ ਜਿਵੇਂ ਹੁਣ ਰੂਮ ਦੇ ਅਕੋਰਡਿੰਗ ਹੋ ਜਾਂਦਾ ਜੀ ਵੀ ਜਿੱਥੇ ਆਪਾਂ ਨੇ ਲਾਉਣਾ ਹੈ ਤਾਂ ਉੱਥੇ ਜਗ੍ਹਾ ਦੀ ਐਡਜਸਟਮੈਂਟ ਜੇ ਖੁੱਲ੍ਹੀ ਹੈ ਤਾਂ ਫਿਰ ਬੰਦਾ ਵੱਡਾ ਵੀ ਕਰਾ ਲੈਂਦਾ ਨਹੀਂ ਤਾਂ ਜ਼ਿਆਦਾ ਤਾਂ 6 ਸੀਟਰ ਹੀ ਚੱਲਦਾ ਅਤੇ ਇਹਨਾਂ ਦੀ ਰੇਂਜ ਤਕਰੀਬਨ ਸਟਾਰਟ ਹੋ ਜਾਂਦੀ ਹੈ 12,000 ਤੋਂ 10,000 12,000 ਤੋਂ ਸਟਾਰਟਿੰਗ ਹੋ ਜਾਂਦੀ ਹੈ ਅਤੇ 30-35,000 40,000 50,000 ਤੱਕ ਚਲਾ ਜਾਂਦਾ ਹੈ ਜਿਵੇਂ ਕਿ ਆਹ ਦੇਖੋ ਜੀ ਅੱਜ ਕੱਲ੍ਹ ਲੇਟੈਸਟ ਨੇ ਇਹ ਚੱਲ ਰਹੇ ਨੇ ਬੜੇ ਵਧੀਆ ਲੱਗਦੇ ਨੇ ਆਹ ਵਾਲਾ ਵੀ ਅਤੇ ਇਹਦੇ ਵਿੱਚ ਜਗ੍ਹਾ ਦਿੱਤੀ ਹੋਈ ਹੈ ਸਾਈਡ 'ਤੇ ਟੇਬਲ ਦੀ ਕੋਰਨਰ ਵਾਲਾ ਇਹਦਾ ਜੀ ਕੋਰਨਰ ਕਹਿੰਦੇ ਨੇ ਅਤੇ ਸੋਫਾ ਕਮ ਬੈੱਡ ਵੀ ਆਉਂਦੇ ਨੇ ਅਤੇ ਉਹ ਵੀ ਇਹਦੇ ਵਿੱਚ ਐਡੀਸ਼ਨਲ ਹੁੰਦਾ ਜੀ ਜਿਵੇਂ ਆਹ ਸੋਫਾ ਦੇਖੋ ਕਿੰਨਾ ਵਧੀਆ ਲੱਗਦਾ ਜੀ ਅਤੇ ਰੂਮ ਦੇ ਅਕੋਰਡਿੰਗ ਇਹ ਲੰਬਾ ਕਰਵਾਇਆ ਹੈ ਬੰਦੇ ਨੇ ਵੱਧ ਅਤੇ ਵੱਡਾ ਹੈ ਇਹ ਵੀ ਕਸਟਮ ਬਣਿਆ ਹੋਇਆ ਜੀ ਜਿਵੇਂ ਆਹ ਫੁੱਲ ਰੂਮ ਵਾਸਤੇ ਖੁੱਲ੍ਹੇ ਡਰਾਇੰਗ ਰੂਮ ਵਾਸਤੇ ਜੀ ਇਹ ਅੱਜ ਕੱਲ੍ਹ ਲੇਟੈਸਟ ਨੇ ਜਿਹੜੇ ਉਹ ਨੇ ਸਾਰਿਆਂ ਦੀ ਰੇਂਜ ਇਹੋ ਜੀ ਹੈ ਬਸ 12-13 ਹਜ਼ਾਰ ਤੋਂ ਸਟਾਰਟ ਹੋ ਕੇ 30-35 ਹਜ਼ਾਰ 40 ਹਜ਼ਾਰ 50 ਹਜ਼ਾਰ ਤੱਕ ਚਲੇ ਜਾਂਦੇ ਨੇ ਬਾਕੀ ਇਸ ਤੋਂ ਮਹਿੰਗੇ ਵੀ ਹੋ ਜਾਂਦੇ ਨੇ ਉਹ ਇਹਦੀ ਜਿਹੜੀ ਲੈਦਰ ਹੁੰਦੀ ਹੈ ਉਹਦੇ 'ਤੇ ਡਿਪੈਂਡ ਕਰਦਾ ਲੈਦਰ ਵੀ ਹੁੰਦੀ ਹੈ ਅਤੇ ਆਪਣਾ ਜਿਹੜਾ ਲੀਨੀਅਮ ਦੂਜਾ ਸਿੰਥੈਟਿਕ ਹੁੰਦਾ ਕੱਪੜਾ ਉਹ ਵੀ ਯੂਜ਼ ਕਰਦੇ ਨੇ ਕੋਟਨ ਵੀ ਯੂਜ਼ ਕਰਦੇ ਨੇ ਅਤੇ ਲੈਦਰ ਵਾਲੀ ਦੀ ਲਾਈਫ ਥੋੜ੍ਹੀ ਜ਼ਿਆਦਾ ਹੁੰਦੀ ਹੈ ਵੀਡੀਓ ਕਿਵੇਂ ਲੱਗੀ ਜੀ ਸਾਰੇ ਜਣੇ ਲਾਈਕ ਕਰਕੇ ਕਮੈਂਟ ਕਰਕੇ ਜ਼ਰੂਰ ਦੱਸੋ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਕਰੋ ਸਬਸਕ੍ਰਾਈਬ ਥੈਂਕ ਯੂ ਜੀ